ਪੋਚੀ ਨਹੀਂ ਇੰਨਾ ਮਜ਼ਾ ਆਣਾ ਕੋਈ ਬਿਸਤਰੇ ਤੇ ਲੇਟਿਆ ਤੇ ਕੋਈ ਪੋਚੀ ਨਹੀਂ ਲਿਆ ਹਾਂ ਯਾਰ ਹੁਣ ਤੇ ਸਿਰਫ ਕਿਸੇ ਵੱਲ ਵੇਖ ਕੇ ਹੱਸ ਲਈ ਕਹਿੰਦੇ ਫਸੀ ਉਹ ਫਸੂ ਆ ਜੀ ਉਹ ਯਾਰ ਉਹ ਦੌਰ ਬਹੁਤ ਅੱਛਾ ਸੀ ਯਾਰ ਉਹ ਪਤਾ ਸੀ ਕੋਈ ਬਿਸਤਰੇ ਤੇ ਲੇਟ ਜਾਣਾ ਸਾਰਾ ਰਾਤ ਆ ਤੂੰ ਕਹਿਣਾ ਹੂੰ ਤੇ ਕੱਖ ਨਹੀਂ ਯਾਰ ਐਂਡ ਦੀ ਜਿਹੜੀ ਭੈਣ ਪੇਸ਼ ਕਰਨੀ ਮੈਂ ਉਹ ਗੱਲ ਕਰਨੀ ਯਾਰ ਉਹ ਕਿੰਨਾ ਮਜ਼ਾ ਗਿੱਠਾ ਟੱਪਾ ਨੂੰ ਜਿਹੜੀਆਂ ਦੋ ਤਿੰਨ ਗਿੱਠਾ ਬਣਾਈਆਂ ਹਾਂ ਯਾਰ ਟੱਪਣਾ ਹੋਏ ਤੂੰ ਐਂ ਜੋ ਤੁੰਦੀ ਟੱਪਣਾ ਮੈਂ ਇੱਕ ਗਿੱਠੇ ਚ ਕਰ ਮੇਰਾ ਭਰਾ ਹੀ ਬਣਾ ਸਾਦਾ ਹੀ ਅੱਛਾ ਉਹ ਕਿਵੇਂ ਗਲੀ ਚ ਦੋ ਸਿਗੜ ਲਾ ਕੇ ਤੇ ਬੈਠਾ ਤੈਨੂੰ ਬੰਦਾ ਕਹਿ ਰਿਹਾ ਦੋ ਸਿਗੜ ਕਿਉਂ ਪੀ ਰਿਹਾ ਕਹਿੰਦਾ ਯਾਰ ਇੱਕ ਮੇਰਾ ਦੋਸਤ ਫੋਤ ਹੋ ਗਿਆ ਉਹਦੇ ਨਾਂ ਦਾ ਤੇ ਅਗਲੇ ਦਿਨ ਇਹਨੇ ਇੱਕੋ ਸਿਗੜ ਲਾਇਆ ਫਿਰ ਕਹਿੰਦਾ ਅੱਜ ਦੋਸਤ ਦੇ ਨਾਂ ਦਾ ਸਿਗੜ ਨਹੀਂ ਲਾਇਆ ਕਹਿੰਦਾ ਮੈਂ ਤੇ ਕੱਲ ਤੇ ਛੱਡਤੇ ਨੇ ਉਹਦੇ ਨਾਂ ਦਾ ਹੀ ਲਾਇਆ ਇਹ ਪਿੱਛੇ ਲਾਕਡਾਊਨ ਸੀ ਤੇ ਦਰਬਾਰ ਤੇ ਗਿਆ ਉਹਨਾਂ ਨੇ ਕਿਹਾ ਪੁਲਿਸ ਵਾਲੇ ਦਰਬਾਰ ਬੰਦ ਹੈ ਕਹਿੰਦਾ ਤੁਸੀਂ ਬਾਬਾ ਜੀ ਨਾਲ ਮੇਰੀ ਗੱਲ ਕਰਾ ਦਿਓ ਆ ਮੇਰਾ ਭਰਾ ਬਹੁਤ ਸਾਦਾ ਹੈਗਾ ਬਹੁਤ ਸਾਦਾ ਕਹਿੰਦਾ ਬਾਬਰ ਆਜ਼ਮ ਤੇ ਵਜ਼ੀਰ ਆਜ਼ਮ ਦੋਵੇਂ ਭਰਾ ਨੇ ਆ ਮੇਰੀ ਬਾਸ ਉਜਰੀ ਖਾਦੀ ਉਜਰੀ ਕਦੀ ਮੈਨੂੰ ਨਹੀਂ ਪਸੰਦ ਉਹ ਬੜੀ ਤਾਕਤਵਰ ਚੀਜ਼ ਦੀ ਤੈਨੂੰ ਪਸੰਦ ਨਹੀਂ ਮੈਨੂੰ ਨਹੀਂ ਪਸੰਦ ਉਹ ਇਸ ਤਰ੍ਹਾਂ ਹੀ ਜਿਵੇਂ ਤੌਲੀਆ ਧੋ ਕੇ ਪਕਾ ਲਿਆ ਇਸੇ ਲਈ ਪਸੰਦ ਨਹੀਂ ਹੈ ਲੇਕਿਨ ਉਹ ਬੜੀ ਤਾਕਤਵਰ ਚੀਜ਼ ਹੈ ਅੱਛਾ ਖਾਣੀ ਚ ਹੈ ਕੌਣ ਆ ਰਿਹਾ ਕੌਣ ਆ ਰਿਹਾ ਇੱਧਰ ਭਾਈ ਇੱਥੇ ਕੋਈ ਵੜ ਸਕਦਾ ਪੈਨ ਮਿਲਦਾ ਐਸਾ ਤੇ ਮਲਕ ਫ੍ਰੀ ਆਪਣੇ ਪੁੱਤਰ ਨੂੰ ਨਹੀਂ ਵੜਨ ਦਿੰਦਾ ਆ ਮੈਂ ਅਮਰੀਕਾ ਸੇ ਆਈ ਹਾਂ ਅਮਰੀਕਾ ਸੇ ਮੇਰੀ ਇੱਕ ਬੈਗ ਲੈ ਕੇ ਆਇਆ ਜਦੋਂ ਇਹ ਸ਼ਾਦੀ ਨਹੀਂ ਕਰਨੀ ਪਲੀਜ਼ ਐਡੇ ਢਿੱਡ ਵਾਲੇ ਬੰਦੇ ਨੇ ਤੈਨੂੰ ਪਿੱਛੋਂ ਕਮੀਜ਼ ਚੁੱਕ ਕੇ ਆਇਆ ਨਾ ਇੱਥੋਂ ਖੁਰਕ ਤੈਨੂੰ ਲੱਗ ਲੋ ਜਾਣੀ ਉੱਥੇ ਤੂੰ ਗੋਇਆ ਚੁੱਕਣਾ ਸੀ ਮੱਝ ਦੇ ਪਿੱਛੇ ਪਿੱਛੇ ਤਸਲਾ ਲੈ ਕੇ ਕਰਦੇ अच्छा वो इसलिए मेरी शादी नहीं हुई वरना मुझे यही काम करना पड़ता एडी सोहनी कुड़ी दी सुहाग रात होवे ना बंदा करे लाइट बंद कर ले हां जल्दी कर लो मैं अपनी असली गुटी नु क्या लाइट बंद कर ली है बलदी रहन दे आज मैं भी देखना की हुंदा हां एदे लाल ना जाई तू जा जाना है जे तू आला है जे फिर ओ ना 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 ਓ ਚੰਗੀ ਅੰਮੀ ਸਾਡੀ ਓ ਮਰ ਗਏ ਓ ਗੰਦਾ ਅੱਬਾ ਸਾਡਾ ਜਿੰਦਾ ਇਹਨਾਂ ਰਲ ਕੇ ਮੋਟਾ ਜੰਮਿਆ ਇਹ ਪ੍ਰੋ ਗੜਬਾਸ ਗੋੜੀ ਨਹੀਂ ਹੁੰਦੀ ਜਬ ਯੂੰ ਕਰਤੇ ਹੈ ਸਾਰੇ ਪਿੱਛੇ ਸੇ ਆਤੇ ਛਲਾਂਗੇ ਮਾਰਦੇ ਉੱਪਰ ਬੈਠਦੇ ਹੈ ਤੂੰ ਸ਼ੌਕ ਨਾਲ ਘੋੜੀ ਮੰਨਦਾ ਸੀ ਮਤਲਬ ਤੂੰ ਪਹਿਲੇ ਤੇਰੀ ਪਹਿਲੀ ਵਾਰੀ ਹੁੰਦੀ ਸੀ ਨਾ ਤੂੰ ਨੇ ਆ ਕੇ ਉੱਪਰ ਬੈਠ ਜਾਣਾ ਹਾਂ ਜਦੋਂ ਤੇਰੀ ਵਾਰੀ ਆਣੀ ਹਾਂ ਯਾਰ ਮੈਂ ਉੱਤੇ ਬੈਣਾ ਨਹੀਂ ਸਿਰਫ ਵੇਖ ਹੀ ਜਾਣਾ ਕਾਲੀ ਕਾਲੀ ਵਾਰੀ ਸੀ ਤੁਸੀਂ ਸੋਹਰੇ ਆਏ ਹੋ ਤੇ ਕਾਲੀ ਕਾਲੀ ਬੈੱਡ ਸ਼ੀਟ ਪਾਏ ਜਦੋਂ ਬੈੱਡ ਸ਼ੀਟ ਗੰਦੀ ਨਹੀਂ ਹੋਈ ਤੇ ਮੈਂ ਫਿਰ ਕੱਪੜੇ ਹੀ ਸਵਾਉਣੇ ਸਨ ਸਾਰੇ ਦਾ ਸਾਰਾ ਝੇਜ ਉਹਦੀ ਤਹਿ ਲਾ ਕੇ ਰੱਖਿਆ ਉਹ ਕਦੀ ਮੈਨੂੰ ਅਝੇਜ ਖੋਲਣ ਦਾ ਮੌਕਾ ਦਿਓ ਤੁਹਾਡੇ ਚ ਕੋਈ ਮਹੱਲੇ ਚ ਕੋਈ ਐਸਾ ਘਰ ਨਹੀਂ ਜਿੱਥੇ ਝੇਜ ਪੈਕੇਜ ਹੁੰਦੀ ਹੋਵੇ ਹੋਏ ਦੀ ਏਸੀ ਦੀ ਆਵਾਜ਼ ਕਿਵੇਂ ਜਿਵੇਂ ਮੋਟਰ ਚੱਲਣ ਡਈ ਐ ਗਾਰਡ ਦੀ ਵਜ੍ਹਾ ਤੋਂ ਮੋਟਰ ਚੱਲ ਰਹੀ ਵੇ ਮੁੱਛਾਂ ਹੀ ਐਸੀਆਂ ਨੇ ਇੱਥੇ ਕੁੜੀਆਂ ਦੀ ਹਿਫਾਜ਼ਤ ਕਰਦਾ ਤੇ ਪਿੰਡ ਜਾ ਕੇ ਕਹਿੰਦਾ ਮੈਂ ਕਾੜੇ ਚ ਤਾਜ਼ਰ ਉਹਦੇ ਹੱਥ ਚ ਗੱਲ ਨਹੀਂ